ਪਿਆਰੇ ਬੱਚਿਓ ਅੱਜ ਆਪਾਂ ਕਰਨ ਜਾ ਰਹੇ ਹਾਂ ਨੈਸ ਅਭਿਆਸ 25 ਜਮਾਤ ਤੀਸਰੀ ਵਿਸ਼ਾ ਗਣਿਤ ਸਵਾਲ ਨੰਬਰ 1 ਜਸਪ੍ਰੀਤ ਸਿੰਘ ਦੀ ਕਾਰ ਦਾ ਨੰਬਰ 126 ਹੈ ਹੇਠ ਦਿਖਾਏ ਗਿਣਤਾਰਿਆਂ ਵਿੱਚੋਂ ਕਿਹੜਾ ਗਿਣਤਾਰਾ ਜਸਪ੍ਰੀਤ ਸਿੰਘ ਦੀ ਕਾਰ ਦੇ ਨੰਬਰ ਨੂੰ ਦਰਸਾ ਰਿਹਾ ਹੈ ਬੱਚਿਓ ਜਸਪ੍ਰੀਤ ਦੀ ਕਾਰ ਦਾ ਨੰਬਰ 126 ਹੈ ਇਹਨਾਂ ਗੰਤਾਰਿਆਂ ਵਿੱਚ ਵੀ ਇੱਕ ਸੰਖਿਆ 126 ਹੋਵੇਗੀ ਆਓ ਦੇਖਦੇ ਹਾਂ ਇਹਨਾਂ ਗੰਤਾਰਿਆਂ ਤੇ ਕਿਹੜੀ ਕਿਹੜੀ ਸੰਖਿਆ ਬਣ ਰਹੀ ਹੈ ਸਭ ਤੋਂ ਪਹਿਲਾਂ 1 2 3 4 ਸਾਡੇ ਸੈਂਕੜੇ ਵਾਲੇ ਸਥਾਨ ਤੇ ਪਹਿਲਾਂ 4 ਮੰਨ ਕੇ ਦਿੱਤੇ ਗਏ ਹਨ ਸੰਖਿਆ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ 4 ਲਿਖ ਲਵਾਂਗੇ ਫਿਰ ਇਸ ਦੇ ਦਹਾਈ ਦੇ ਸਥਾਨ ਤੇ ਮੰਨ ਕੇ ਦੇਖਾਂਗੇ ਇਸ ਦਹਾਈ ਦੇ ਸਥਾਨ ਤੇ ਕੋਈ ਵੀ ਮਨਕਾ ਨਹੀਂ ਹੈ ਸੋ ਅਸੀਂ ਇਸ ਲਈ 0 ਲਿਖਾਂਗੇ ਫਿਰ ਇਕਾਈ ਦੇ ਸਥਾਨ ਤੇ 1 2 3 ਮੰਨ ਕੇ ਹਨ ਸੋ ਅਸੀਂ ਹੁਣ 3 ਲਿਖ ਲਵਾਂਗੇ ਤੇ ਸਾਡੀ ਜਿਹੜੀ ਸੰਖਿਆ ਬਣ ਕੇ ਆ ਰਹੀ ਆ ਇਹ ਆ ਰਹੀ ਆ 403 ਇਸੇ ਤਰ੍ਹਾਂ ਅਸੀਂ ਬਾਕੀ ਗਿਨਤਾਰਿਆਂ ਤੇ ਵੀ ਸੰਖਿਆਵਾਂ ਬਣਾਵਾਂਗੇ ਤੇ ਸਹੀ ਉੱਤਰ ਦੀ ਚੋਣ ਕਰਾਂਗੇ ਆਪ ਦੇਖਦੇ ਹਾਂ ਇਸ ਵਿੱਚ ਬਣ ਰਹੀ ਜੀ ਸਾਡੀ ਸੰਖਿਆ ਜਿਹੜੀ ਉਹ ਬਣ ਰਹੀ ਹੈ 1 2 1 2 3 4 124 ਅਗਲਾ ਗਿਨਤਾਰਾ 2 ਫਿਰ 2 ਫਿਰ ਦੋ ਸਾਡੀ ਸੰਖਿਆ ਬਣ ਰਹੀ ਹੈ 222 ਉਤਤਵਾਦ ਇਸ ਕਿੰਤਾਰੇ ਦੇ ਜਿਹੜੀ ਸੰਖਿਆ ਬਣ ਰਹੀ ਹੈ ਉਹ ਹੈ ਜੀ 1 2 ਅਮਨ ਕੇ ਵੀ ਆਪਾਂ ਗਿਣ ਲੈਂਦੇ ਆ 1 2 3 4 5 6 ਇਹ ਸਾਡੀ ਸੰਖਿਆ ਬਣ ਰਹੀ ਹੈ ਜੀ 126 ਔਰ ਜਸਪ੍ਰੀਤ ਦੀ ਕਾਰਦਾ ਨੰਬਰ ਵੀ ਸੀ 126 ਸੋ ਸਾਡਾ ਸਹੀ ਆਨਸਰ ਹੋਏਗਾ ਸ ਇਸ ਨੂੰ ਅਸੀਂ ਕੀ ਕਰ ਦਵਾਂਗੇ ਹਾਂਜੀ ਸਰਕਲ ਕਰ ਦਵਾਂਗੇ। ਸਵਾਲ ਨੰਬਰ 2 ਹੇਠਾਂ ਤਸਵੀਰ ਦੇਖ ਕੇ ਸਹੀ ਨਿਸ਼ਾਨ ਦੀ ਚੋਣ ਕਰੋ। ਬੱਚਿਓ ਇਸ ਸਵਾਲ ਦੇ ਵਿੱਚ ਸਾਨੂੰ ਦੋ ਪਾਸੇ ਦਿੱਤੇ ਗਏ ਹਨ। ਇਸ ਪਾਸੇ ਸਾਨੂੰ ਵੀ ਸੇਵ ਦਿੱਤੇ ਗਏ ਹਨ। ਫਿਰ ਵਿਚਕਾਰ ਇੱਕ ਜੇ ਖਾਲੀਥੇ ਸਥਾਨ ਬਣਾਇਆ ਗਿਆ ਹੈ। ਔਰ ਇਸ ਪਾਸੇ ਟਾਪ ਦੇ ਵਿੱਚ ਵੀ ਸਾਨੂੰ ਸੇਵ ਦਿੱਤੇ ਗਏ ਹਨ। ਆਓ ਦੇਖਦੇ ਹਾਂ ਇਸ ਪਾਸੇ। ਇਸ ਪਾਸੇ ਸਾਡੇ ਕੋਲ 100 100 200 ਸੇਵ ਹਨ। ਇਸ ਪਾਸੇ ਇੱਕ ਟੱਬ ਦੇ ਵਿੱਚ 1 2 3 4 5 6 7 8 9 10 ਹਰੇਕ ਟੱਬ ਦੇ ਵਿੱਚ ਸਾਡੇ ਕੋਲ ਕਿੰਨੇ ਸੇਵ ਹਨ 10 ਤੇ ਸਾਰੇ ਟੱਬਾਂ ਵਿੱਚ ਕਿੰਨੇ ਹੋਣਗੇ ਆਓ ਗਿੰਦੇ ਆ 10 20 30 40 50 ਬਿਲਕੁਲ ਸਹੀ ਬੱਚੇ ਸਾਡੇ ਕੋਲ ਖੱਬੇ ਹੱਥ ਹੁਣ 200 ਸੇਵ ਹਨ ਸੱਜੇ ਹੱਥ ਸਾਡੇ ਕੋਲ 50 ਸੇਵ ਹਨ ਕਿਹੜਾ ਪਾਸਾ ਸਾਡਾ ਵੱਡਾ ਹੋਏਗਾ ਸਾਡਾ 206 ਵਾਲੀ ਸਾਈਜ਼ ਜਿਹੜੀ ਆ ਉਹ ਵੱਡੀ ਸੰਖਿਆ ਹੋਵੇਗੀ ਫਿਰ ਸਹੀ ਇੱਥੇ ਨਿਸ਼ਾਨ ਕਿਹੜਾ ਆਏਗਾ ਇਹ ਵਾਲਾ ਉਹ ਸਾਡਾ ਸਹੀ ਆਨਸਰ ਕੀ ਹੋਏਗਾ ਊੜਾ ਊੜਾ ਨੂੰ ਅਸੀਂ ਕੀ ਕਰ ਦਵਾਂਗੇ ਸਰਕਲ ਬਿਲਕੁਲ ਸਹੀ ਬੇਟਾ ਆਉ ਦੇਖਦੇ ਹਾਂ ਅਗਲਾ ਸਵਾਲ ਸਵਾਲ ਨੰਬਰ 3 ਨਮੂਨਾ ਪੂਰਾ ਕਰੋ ਬੱਚਿਓ ਇਹਦੇ ਵਿੱਚ ਸਾਡੇ ਕੋ ਇੱਕ ਰੰਗ ਦਾ ਡੱਬਾ ਦਿੱਤਾ ਗਿਆ ਹੈ ਇਹ ਜਿਹੜਾ ਰੰਗ ਦਾ ਡੱਬਾ ਆ ਇਹ ਇੱਕ ਇੱਕ ਸਟੈਪ ਅੱਗੇ ਚੱਲੇਗਾ ਅਸੀਂ ਦੇਖਦੇ ਹਾਂ ਕਿ ਇੱਥੇ ਸਾਡਾ ਇਹਨਾਂ ਵਿੱਚੋਂ ਸਹੀ ਆਨਸਰ ਕੀ ਆਏਗਾ ਆਓ ਦੇਖਦੇ ਹਾਂ ਪਹਿਲਾ ਜਿਹੜਾ ਹੈ ਰੰਗ ਇੱਥੇ ਹੈ ਜੀ ਇਸ ਤੋਂ ਬਾਅਦ ਸੈਕਿੰਡ ਕਿੱਥੇ ਚਲੇ ਜਾਏਗਾ ਇੱਥੇ ਉਸ ਤੋਂ ਬਾਅਦ ਇਸ ਸਾਈਡ ਤੇ ਇਸ ਸਾਈਡ ਫਿਰ ਆਪਣੇ ਵਾਪਸ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਰੰਗਦਾਰ ਡੱਬਾ ਸਾਡਾ ਇੱਥੇ ਜਦੋਂ ਨੈਕਸਟ ਆਏਗਾ ਉਹ ਆ ਜਾਏਗਾ ਇੱਥੇ ਇਹ ਤੋਂ ਅਗਲਾ ਫਿਰ ਡੱਬਾ ਇੱਥੇ ਉਸ ਤੋਂ ਬਾਅਦ ਕਿੱਥੇ ਜਾਏਗਾ ਜੀ ਉਹ ਇੱਥੇ ਆ ਜਾਏਗਾ ਹੁਣ ਇਸ ਤੋਂ ਬਾਅਦ ਕਿੱਥੇ ਬਾਰੀ ਆ ਹੁਣ ਫਿਰ ਉਹਦੀ ਇਸ ਦੇ ਵਿੱਚ ਉਹਦਾ ਜਿਹੜਾ ਰੰਗ ਆ ਉਹ ਆ ਜਾਏਗਾ ਫਿਰ ਸਹੀ ਉੱਤਰ ਸਾਡਾ ਕਿਹੜਾ ਹੋਏਗਾ ਸਹੀ ਉੱਤਰ ਹੋਏਗਾ ਸਾਡਾ ਸਸਾ ਇਸ ਵਿੱਚ ਕੀ ਕਰਨਾ ਸਰਕ ਸੋ ਆਲ ਨੰਬਰ 4 ਨਮੂਨੇ ਨੂੰ ਅੱਗੇ ਵਧਾਉਣ ਲਈ ਸਹੀ ਉੱਤਰ ਚੁਣੋ ਬੱਚਿਓ ਸਭ ਤੋਂ ਪਹਿਲਾਂ ਇਹਨਾਂ ਆਪਾਂ ਸੰਖਿਆਵਾਂ ਨੂੰ ਦੇਖਾਂਗੇ ਫਿਰ ਦੇਖਾਂਗੇ ਵੀ ਇਹਨਾਂ ਵਿੱਚ ਕੀ ਕੀ ਫਰਕ ਹੈ ਜਾਂ ਇਹ ਕਿਸ ਤਰ੍ਹਾਂ ਅੱਗੇ ਵੱਧ ਰਹੀਆਂ ਹਨ ਉਹਦੇ ਹਿਸਾਬ ਨਾਲ ਹੀ ਅਸੀਂ ਇਹ ਜਿਹੜੇ ਦੋ ਖਾਨੇ ਆ ਇਹ ਪੂਰੇ ਕਰਾਂਗੇ हां जी बच्चों सब नु पहला पढेंगे कितने है जी 36 46 56 66 76 बच्चे तुसी देखया होना ए जेडी संख्या 10 10 दे अंतर नाल बढ़ रही है 36 10 46 46 10 56 56 10 66 66 10 76 76 10 बिल्कुल सही 86 86 10 96 ਤੇ ਸਾਡਾ ਸਹੀ ਆਨਸਰ ਕਿਹੜਾ ਹੋਏਗਾ 86 ਔਰ 96 ਔਰ 86 ਔਰ 96 ਸਾਨੂੰ ਕਿੱਥੇ ਦਿੱਤਾ ਗਿਆ ਹੈ ਸਾਨੂੰ ਦਿੱਤਾ ਗਿਆ ਹੈ ਆਪਸ਼ਨ ਏਡੀ ਵਿੱਚ ਸਾਡਾ ਸਹੀ ਆਨਸਰ ਕੀ ਹੋਏਗਾ ਏਡੀ ਏਡੀ ਨੂੰ ਅਸੀਂ ਸਰਕਲ ਕਰ ਦਵਾਂਗੇ ਬਿਲਕੁਲ ਸਹੀ ਬਟਾ ਪ੍ਰਸ਼ਨ 5 ਦੀਪਿਕਾ ਦੀ ਲੰਬਾਈ 1 ਮੀਟਰ ਤੋਂ 4 ਸੈਂਟੀਮੀਟਰ ਜ਼ਿਆਦਾ ਹੈ ਅਤੇ ਸੰਦੀਪ ਦੀ ਲੰਬਾਈ 2 ਮੀਟਰ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਆਓ ਦੇਖਦੇ ਹਾਂ ਬੱਚੇ ਪਹਿਲਾ ਕਥਨ ਦੀਪਿਕਾ ਅਤੇ ਸੰਦੀਪ ਦੀ ਲੰਬਾਈ ਬਰਾਬਰ ਹੈ ਨਹੀਂ ਜੀ ਬਰਾਬਰ ਨਹੀਂ ਹੈ ਇਸ ਲਈ ਇਹ ਕਥਨ ਸਾਡਾ ਗਲਤ ਹੈ ਦੀਪਿਕਾ ਦੀ ਲੰਬਾਈ ਵੱਧ ਹੈ ਇਹ ਵੀ ਕਥਨ ਗਲਤ ਹੈ ਸੰਦੀਪ ਦੀ ਲੰਬਾਈ ਵੱਧ ਹੈ ਇਹ ਕਥਨ ਸਾਡਾ ਸਹੀ ਹੈ ਸੰਦੀਪ ਦੀ ਲੰਬਾਈ ਘੱਟ ਹੈ ਇਹ ਵੀ ਕਥਨ ਗਲਤ ਹੈ ਜਿਹੜਾ ਕਥਨ ਸਹੀ ਹੋਏਗਾ ਉਹ ਸਾਡਾ ਆਨਸਰ ਹੋਏਗਾ ਤੇ ਉਸ ਵਿੱਚ ਅਸੀਂ ਕੀ ਕਰਨਾ ਹੈ ਸਰਕਲ ਬਿਲਕੁਲ ਸਹੀ ਬੇਟਾ ਇਹਦੀ ਨੂੰ ਅਸੀਂ ਸਰਕਲ ਕਰ ਦਵਾਂਗੇ ਬੱਚਿਓ ਇਹ ਸੀ ਸਾਡੀ ਅੱਜ ਦੀ ਕਲਾਸ ਤੀਸਰੀ ਦੀ ਗਣਿਤ ਦੀ ਅਭਿਆਸ ਸ਼ੀਟ ਆਸ ਕਰਦਾ ਹਾਂ ਕਿ ਤੁਸੀਂ ਇਸ ਤੋਂ ਜ਼ਰੂਰ ਕੁਝ ਨਾ ਕੁਝ ਸਿੱਖੋਗੇ ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਥੈਂਕ ਯੂ ਬੇਟਾ